ਕਟਣ ਨਾਲ ਸੰਬੰਧਿਤ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬੈਂਸ ਬ੍ਰਦਰਜ਼ ਵੱਲੋਂ ਖਹਿਰਾ ਸਣੇ ਪ੍ਰੈਸ ਕਾਨਫਰੰਸ ਕਰਕੇ ਆਡੀਓ ਕਲਿੱਪ ਜਾਰੀ ਕੀਤਾ ਗਿਆ ਸੀ। ਖਹਿਰਾ ਨੇ ਚੰਡੀਗੜ੍ਹ ਪੁਲਿਸ ਤੇ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਆਡੀਓ ਕਲਿੱਪ ਨਸ਼ਰ ਹੋਣ ਤੋਂ ਬਾਅਦ ਵੀ FIR ਦਰਜ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਹਾਈਕੋਰਟ ਤੱਕ ਆਪਣਾ ਕੇਸ ਲੈ ਕੇ ਜਾਣਗੇ ਅਤੇ ਇਸ ਸਬੰਧੀ ਪੰਜਾਬ ਦੇ DGP ਨਾਲ ਵੀ ਮੁਲਾਕਾਤ ਕਰਨਗੇ। ਅਸੀਂ ਇਹ ਕਹਿ ਰਹੇ ਹਾਂ ਚੰਡੀਗੜ੍ਹ ਪੁਲਿਸ ਨੂੰ ਕਿ ਅਗਰ ਤੁਸੀਂ FIR ਦਰਜ ਕਰਨ ਵਿੱਚ ਫੇਲ ਹੁੰਦੇ ਹੋ ਤਾਂ ਅਸੀਂ ਫਿਰ ਸਾਡੇ ਕੋਲ ਕੋਈ ਰਾਹ ਨਹੀਂਗਾ, ਅਸੀਂ ਹਾਈਕੋਰਟ ਦਾ ਦਰਵਾਜ਼ਾ ਸਾਨੂੰ ਖੜਕਾਉਣਾ ਪਵੇਗਾ। ਪਰ ਮੈਂ ਪੁੱਛਣਾ ਚਾਹੁੰਦਾ ਚੰਡੀਗੜ੍ਹ ਪੁਲਿਸ ਨੂੰ, ਤੁਹਾਡੇ 'ਤੇ ਕੀ ਦਬਾਅ? ਕੀ ਤੁਹਾਨੂੰ ਕੋਈ ਜੁਡੀਸ਼ਲ ਸਾਈਡ ਤੋਂ ਦਬਾਅ ਪਾ ਰਿਹਾ, ਕੋਈ ਤੁਹਾਨੂੰ ਪੋਲੀਟੀਕਲ ਹਾਇਰਆਰਕੀ ਤੋਂ ਦਬਾਅ ਪਾ ਰਿਹਾ? ਇਸ ਦੇਸ਼ ਦੇ ਅਤੇ ਇਸ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ, ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਪੋਲੀਟੀਕਲ ਕਰੀਅਰ ਨੂੰ ਤਬਾਹ ਕਰਨ ਵਾਸਤੇ ਕੌਣ ਲੋਕ ਜ਼ਿੰਮੇਵਾਰ ਨੇ ਅਤੇ ਕਿਹਨਾਂ ਦੇ ਖਿਲਾਫ਼ ਐਕਸ਼ਨ, ਜਿਹਨਾਂ ਦੇ ਖਿਲਾਫ਼ ਹੋਣਾ ਚਾਹੀਦਾ, ਉਹਨਾਂ ਦੇ ਖਿਲਾਫ਼ FIR ਦਰਜ ਕਿਉਂ ਨਹੀਂ ਕੀਤੀ ਜਾ ਰਹੀ? ਮੈਂ ਚੰਡੀਗੜ੍ਹ ਦੇ DGP ਨੂੰ ਵੀ ਮਿਲੂੰਗਾ ਔਰ ਉਸ ਇਨਵੈਸਟੀਗੇਟਿੰਗ ਆਫਿਸਰ SP ਰਵੀ ਕੁਮਾਰ ਨੂੰ ਮਿਲ ਕੇ ਵੀ ਸਾਰੀ ਗੱਲ ਕਰੂੰਗਾ।